ਜਿਹਨੂੰ 2 ਸਪਾਈ ਮਿਲ ਗਏ ਉਹ ਭਾੜਦਾ ਇਹ 4 ਕਿਵੇਂ ਹੋਣਗੇ ਜਿਹਨੂੰ 4 ਮਿਲ ਗਏ ਉਹ ਕਹਿੰਦਾ 8 ਕਿਵੇਂ ਕਰਾਵਾਂ ਪਿੰਕੀ ਕਹਿੰਦੇ ਕਿ ਮੈਨੂੰ ਅੱਤਵਾਦੀਆਂ ਤੋਂ ਖਤਰਾ ਉਹਨੂੰ ਪੁੱਛਿਆ ਜਾਵੇ ਕਿ ਅੱਤ ਕਿਹੜੇ ਅੱਤਵਾਦੀ ਨੇ ਜਿੰਨਾ ਤੋਂ ਤੈਨੂੰ ਖਤਰਾ ਉਹਨਾਂ ਦੇ ਨਾਮ ਕੀ ਨੇ ਓਪੀ ਸੋਨੀ ਹੁਰੀ ਵੀ ਹਾਈ ਕੋਰਟ ਚਲੇ ਗਏ ਬਲੈਕਮੇਲ ਕਰਨ ਲੱਗੇ ਕਾਂਗਰਸੀ ਤੇ ਅਕਾਲੀ ਜਿਹੜੇ ਆਗੂ ਨੇ ਕੁਝ ਸੁਖਪਾਲ ਸਿੰਘ ਖਹਿਰਾ ਪੂਰੀ ਤਾਂ ਇਹ ਕਹਿੰਦੇ ਆ ਉਹਨਾਂ ਨੇ ਤਾਂ ਪਬਲਿਕ ਹੀ ਕਰ ਦਿੱਤੀ ਚਿੱਠੀ ਇਹ ਥ੍ਰੈਟ ਕਰਨ ਦਾ ਇੱਕ ਤਰੀਕਾ ਜਿਹੜਾ ਕਾਮਨ ਬੰਦਾ ਹੈ ਉਹਦੀ ਸੁਰੱਖਿਆ ਕੀ ਹੈ ਕੀ ਸਿਰਫ ਵੀਆਈਪੀ ਲੋਕਾਂ ਨੂੰ ਖਤਰਾ ਹੈ ਅਸੀਂ ਜਦੋਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਥੋੜੇ ਆਪਣੇ ਦੇਖੇ ਹੋਏ ਤੇ ਹੰਡਾਏ ਹੋਏ ਕੈਨੇਡਾ ਦੀ ਗੱਲ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਉੱਥੇ ਚਾਹੇ ਅਫਸਰ ਨੇ ਚਾਹੇ ਲੀਡਰ ਨੇ ਉਹ ਆਮ ਪਬਲਿਕ ਵਾਂਗ ਵਿਚਰਦੇ ਨੇ ਆਪਣੇ ਕੰਮ ਆਪ ਕਰਦੇ ਨਜ਼ਰ ਆਉਂਦੇ ਨੇ ਤੇ ਕੋਈ ਸਿਕਿਉਰਿਟੀ ਵਾਲਾ ਤਾਮ-ਚਾਮ ਜਿਹੜਾ ਹੈ ਉਹ ਨਜ਼ਰ ਨਹੀਂ ਆਉਂਦਾ ਹਾਲਾਂਕਿ ਜਦੋਂ ਅਸੀਂ ਅਮਰੀਕਾ ਦੇ ਸਦਰ ਨੂੰ ਇੱਥੇ ਕਤੇ ਆਇਆ ਦੇਖਦੇ ਆਂ ਤੇ ਇਹ ਵੀ ਦੇਖਦੇ ਆਂ ਕਿ ਦੋ-ਦੋ ਮਹੀਨੇ ਪਹਿਲਾਂ ਹੀ ਉਹਨਾਂ ਦੀ ਸਿਕਿਉਰਿਟੀ ਦੇ ਜਿਹੜੇ ਇੰਤਜ਼ਾਮ ਨੇ ਉਹ ਹੋਣੇ ਸ਼ੁਰੂ ਹੋ ਜਾਂਦੇ ਨੇ ਹਾਲੀਆ ਅਮਰੀਕਾ ਚੋਣਾਂ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਅੰਦਰ ਬੰਦੇ ਵੱੜ ਜਾਂਦੇ ਨੇ ਗੜਬੜ ਹੋ ਜਾਂਦੀ ਆ ਤੇ ਬੜਾ ਕੁਝ ਅਸੀਂ ਦੇਖਦੇ ਆਂ ਇਸ ਵੇਲੇ ਫਿਰ ਭਰਮ ਭੁਲੇਖੇ ਬਣੇ ਰਹਿੰਦੇ ਨੇ ਕਿ ਵੀਆਈਪੀ ਕਲਚਰ ਉੱਥੇ ਹੈ ਜਾਂ ਨਹੀਂ ਹੈ ਪਰ ਸਾਡੇ ਮੁਲਕ ਦੇ ਵਿੱਚ ਜਾਂ ਸਾਡੀ ਸਟੇਟ ਦੇ ਵਿੱਚ ਵੀਆਈਪੀ ਕਲਚਰ ਨੂੰ ਲੈ ਕੇ ਬਹੁਤ ਰਾਮ ਰੋਲਾ ਜਿਹੜਾ ਉਹ ਪੈਦਾ ਰਿਹਾ ਕਦੇ 100 ਬੰਦੇ ਨੂੰ ਸਿਕਿਉਰਿਟੀ ਦੇ ਦਿੱਤੀ ਤੇ ਕਦੇ 150 ਨੂੰ ਵਾਪਸ ਲੈ ਲਈ ਇਹ ਵੀਆਈਪੀ ਕਲਚਰ ਖਤਮ ਹੋਵੇਗਾ ਖਤਮ ਹੋ ਸਕੇਗਾ ਮੈਨੂੰ ਯਾਦ ਆਉਂਦੀ ਆ ਕੇਜਰੀਵਾਲ ਸਰਕਾਰ ਦੀ ਪਹਿਲੀ ਸੌਚੋ ਸਮਾਗਮ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀਆਈਪੀ ਕਲਚਰ ਨਹੀਂ ਰੱਖਾਂਗੇ ਆਮ ਮਿਲਣੀ ਰੱਖ ਲਈ ਤੇ ਘਰ ਦੇ ਵਿੱਚ ਰੋਲਾ ਇੰਨਾ ਪੈ ਗਿਆ ਭਗਦੜ ਮਚ ਗਈ ਦੌੜ ਕੇ ਜਾਨ ਬਚਾਉਣੀ ਪਈ ਬਾਅਦ ਵਿੱਚ ਸਮਝ ਲੱਗੀ ਕਿ ਨਹੀਂ ਲੋਕਾਂ ਨੂੰ ਕੰਟਰੋਲ ਦੇ ਵਿੱਚ ਰੱਖਣ ਲਈ ਭੀੜ ਤੋਂ ਬਚਣ ਲਈ ਥੋੜੀ ਬਹੁਤ ਸਿਕਿਉਰਿਟੀ ਦੀ ਲੋੜ ਵੀ ਆ। ਇਸ ਕਤਲकांड ਤੋਂ ਪਹਿਲਾਂ ਵੀ ਸਿਕਿਉਰਿਟੀ ਨੂੰ ਲੈ ਕੇ ਚਰਚਾ ਹੁੰਦੀਆਂ ਰਹੀਆਂ ਤੇ ਹੁਣ ਬਾਅਦ ਵਿੱਚ ਵੀ ਚਰਚਾ ਹੈ। ਕਿਵੇਂ ਦੇਖਦੇ ਹੋ ਜੀ ਇਸ ਸਟੇਟ ਦੀ ਵੀਆਈਪੀ ਕਲਚਰ ਨੂੰ ਇੱਥੇ ਜਿਹੜੇ ਲੋਕ ਆਪਣੇ ਆਪ ਨੂੰ ਵੀਆਈਪੀ ਕਹਿੰਦੇ ਨੇ ਹੁੰਦੇ ਨੇ ਬਣਾਉਣਾ ਚਾਹੁੰਦੇ ਨੇ ਕੀ ਉਹਨਾਂ ਦਾ ਢਿੱਡ ਸਿਕਿਉਰਿਟੀ ਨਾਲ ਭਰਦਾ ਹੈ ਕਿ ਨਹੀਂ ਭਰਦਾ? ਨਹੀਂ ਭਰਦਾ ਜੀ। ਜੀ। ਕਿਉਂਕਿ ਜਿਹਨੂੰ ਦੋ ਸਪਾਈ ਮਿਲ ਗਏ ਉਹ ਭੜਦਾ ਇਹ ਚਾਰ ਕਿਵੇਂ ਹੋਣਗੇ ਜੇ ਨੂੰ ਚਾਰ ਮਿਲ ਗਏ ਉਹ ਕਹਿੰਦਾ ਅੱਠ ਕਿਵੇਂ ਕਰਾਵਾਂ ਫਿਰ ਉਸ ਤੋਂ ਬਾਅਦ ਕੈਟਾਗਰੀ ਸਟਾਰਟ ਹੋ ਜਾਂਦੀਆਂ ਨੇ ਉਹ ਫਿਰ ਬੇਤੁੱਕੇ ਬਿਆਨ ਬੇਸਿਰੇ ਬਿਆਨ ਜਾਰੀ ਕਰਦੇ ਨੇ ਤੇ ਜਦੋਂ ਉਹ ਬਿਆਨ ਜਾਰੀ ਕਰਦੇ ਆ ਤਾਂ ਫਿਰ ਉਹਨਾਂ ਦਾ ਆਧਾਰ ਬਣ ਜਾਂਦਾ ਵਾਈ ਸਿਕਿਉਰਟੀ ਦੇ ਦਿਓ ਵਾਈ ਤੋਂ ਬਾਅਦ ਫਿਰ ਜਿਹੜੀ ਆ ਉਹ ਜ਼ੈਡ ਸ਼ੁਰੂ ਹੋ ਜਾਂਦੀ ਆ ਤੇ ਫਿਰ ਜ਼ੈਡ ਪਲੱਸ ਜੀ ਇੱਕ ਐਮਐਲਏ ਸਾਹ ਨਫਰੋਜਪੁਰ ਤੋਂ ਹੁਣ ਤਾਂ ਉਹ ਸਾਬਕਾ ਹੋ ਗਏ ਪਿੰਕੀ ਜੀ ਉਹਨਾਂ ਨੂੰ ਵਾਈ ਸਿਕਿਉਰਿਟੀ ਮਿਲੀ ਹੋਈ ਸੀ ਜਿੰਨੇ ਉਹ ਕਮਾਂਡੋ 28 ਰੱਖੇ ਫਿਰਦੇ ਸੀਗੇ ਜੀ ਨਾਲ ਹੁਣ ਉਹ ਕਹਿੰਦੇ ਜੀ ਕਿ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਗਏ ਓਪੀ ਸੋਨੀ ਵੀ ਗਏ ਨੇ ਹਾਈ ਕੋਰਟ ਦੇ ਵਿੱਚ ਜੀ ਕਹਿੰਦੇ ਪਿੰਕੀ ਹੁਰੀ ਮੈਨੂੰ ਅੱਤਵਾਦੀਆਂ ਤੋਂ ਖਤਰਾ ਮੈਂ ਕਹਿੰਦਾ ਜੀ ਕਿ ਜਿਸ ਬੰਦੇ ਨੂੰ ਸਿਕਿਉਰਿਟੀ ਦੇਣੀ ਆ ਸਰਕਾਰ ਨੇ ਚਲੋ ਦੇਣੀ ਕਿਹਨੂੰ ਦੇਣੀ ਆ ਕਿਹਦੀ ਵਾਪਸ ਲੈਣੀ ਆ ਕਿੰਨਿਆਂ ਤੋਂ ਵਾਪਸ ਲੈਣੀ ਆ ਕਿੰਨਿਆਂ ਤੋਂ ਦੇਣੀ ਆ ਇਹ ਗ੍ਰਹਿ ਮੰਤਰਾਲਾ ਜਾਂ ਜਿਹੜੀਆਂ ਖੁਫੀਆ ਵਿਭਾਗ ਹੈ ਇਹ ਉਹਦੀ ਡਿਊਟੀ ਹੁੰਦੀ ਆ ਜੀ ਪਰ ਇੱਕ ਐਫੀਡੇਵਿਟ ਤਾਂ ਘੱਟੋ ਘੱਟ ਇਹਨਾਂ ਤੋਂ ਲੈਣਾ ਚਾਹੀਦਾ ਕਿ ਤੁਹਾਨੂੰ ਕਿਹਦੇ ਕਿਹਦੇ ਤੋਂ ਖਤਰਾ ਹੈ ਇਹਤੇ ਲਿਖ ਕੇ ਦਿਓ ਜੀ ਮੰਨ ਲਓ ਹੁਣ ਜਿਵੇਂ ਪਿੰਕੀ ਕਹਿੰਦੇ ਕਿ ਮੈਨੂੰ ਅੱਤਵਾਦੀਆਂ ਤੋਂ ਖਤਰਾ ਹੈ ਉਹਨੂੰ ਪੁੱਛਿਆ ਜਾਵੇ ਕਿ ਅੱਤ ਕਿਹੜੇ ਅੱਤਵਾਦੀ ਨੇ ਜਿੰਨਾ ਤੋਂ ਤੈਨੂੰ ਖਤਰਾ ਹੈ ਉਹਨਾਂ ਦੇ ਨਾਮ ਕੀ ਨੇ ਜੀ ਕਿਉਂਕਿ ਆਫਟਰ ਆਲ ਕੋਈ ਥ੍ਰੈਟ ਹੋਊਗਾ ਨਾ ਬਿਲਕੁਲ ਜੇ ਕਿਸੇ ਨੇ ਕੋਈ ਥ੍ਰੈਟ ਕੀਤਾ ਕਿਸੇ ਅੱਤਵਾਦੀ ਨੇ ਉਹਦਾ ਕੋਈ ਨਾਮ ਹੋਊਗਾ ਕੋਈ ਜਥੇਬੰਦੀ ਦਾ ਨਾਮ ਹੋਊਗਾ ਇਹ ਵੀ ਕਲੀਅਰ ਹੋ ਜਾਣਾ ਚਾਹੀਦਾ ਹੈ ਨਾ ਕਿ ਅੱਤਵਾਦੀ ਕੌਣ ਹੈ ਉਹਦਾ ਉਹ ਉਹਦੇ ਮੈਂ ਤਾਂ ਕਰਕੇ ਕਹਿ ਰਿਹਾ ਕੋਈ ਉਹਦਾ ਮਿਡਲ ਨੇਮ ਕੀ ਆ ਉਹਦਾ ਲਾਸਟ ਨੇਮ ਕੀ ਆ ਅੱਤਵਾਦੀ ਦਾ ਇਹ ਤਾਂ ਕਲੀਅਰ ਹੋਵੇ ਨਾ ਵੀ ਤੁਸੀਂ ਕਿਹਨੂੰ ਅੱਤਵਾਦੀ ਕਹਿ ਰਹੇ ਹੋ ਕੌਣ ਹੈ ਉਹ ਇੱਕ ਬਿਨਾਂ ਸਿਰਫ ਇਹ ਕਹਿ ਦੇਣਾ ਇੱਕ ਪਰਸੈਪਸ਼ਨ ਬਣਾ ਦੇਣੀ ਮੈਨੂੰ ਖਤਰਾ ਜਦੋਂ ਐਫਸੀ ਬਿਆਂ ਦੇ ਵਿੱਚ ਚੱਲਦਾ ਸੀਗਾ 83 ਆ ਆਇਆ ਉਸ ਤੋਂ ਬਾਅਦ 88 ਸਟਾਰਟ ਹੋ ਗਿਆ ਫਿਰ 92 ਦੇ ਵਿੱਚ ਇੱਕ ਸਰਕਾਰ ਆਉਂਦੀ ਆ ਜੀ 92 ਤੋਂ 97 ਤੱਕ ਬੜੇ ਥੋੜੇ ਜਿਹੇ ਪਰਸੈਂਟ ਵੋਟਾਂ ਲੈ ਕੇ ਬਣਦੀ ਆ ਕਿਉਂਕਿ ਬਾਈਕਾਟ ਹੋਇਆ ਹੁੰਦਾ ਉਦੋਂ ਜੀ ਉਹਦੇ ਵਿੱਚੋਂ ਨਿਕਲਦਾ ਜੀ ਲਾਲ ਬੱਤੀ ਕਲਚਰ ਤੇ ਹੁੱਟਰ ਕਲਚਰ ਜੀ ਕਿਉਂਕਿ ਉਦੋਂ ਗੱਡੀਆਂ ਸ਼ੂਕਦੀਆਂ ਹੁੱਟਰ ਮਾਰਦੀਆਂ ਲਾਲ ਬੱਤੀ ਵਾਲੀਆਂ ਇੱਧਰ ਲੰਘੀਆਂ ਇੱਧਰ ਲੰਘੀਆਂ ਉਹਨੇ ਐਕਚੁਅਲੀ ਜਿਹੜਾ ਸੀਗਾ ਨਾ ਜੀ ਪੁਲਿਸ ਦੇ ਵਿੱਚ ਵੀ ਇੱਕ ਉਹ ਵਰਗ ਪੈਦਾ ਕੀਤਾ ਜਿਹੜਾ ਇਹ ਕਹਿੰਦਾ ਕਿ ਮੈਂ ਕੀ ਪ੍ਰਵਾਹ ਕਰਦਾ ਕਿਸੇ ਦੀ ਮੈਂ ਕਿਸੇ ਨੂੰ ਵੀ ਪੈਰ ਦੇ ਹੇਠਾਂ ਮਸਲ ਦੂੰਗਾ ਇੱਕ ਉਹ ਵਰਗ ਪੈਦਾ ਕੀਤਾ ਹਾਲਾਂਕਿ ਨਵੇਂ ਜਿਹੜੇ ਹੁਣ ਆਫੀਸਰ ਆਏ ਆ ਉਹਨਾਂ ਦੀ ਸੋਚ ਬਹੁਤ ਸਾਰਿਆਂ ਦੀ ਡਿਫਰੈਂਟ ਵੀ ਹੈਗੀ ਹੈ ਜਿਹੜੇ ਪੁਰਾਣੇ ਜਾਂ ਜਿਹੜੇ ਪ੍ਰਮੋਟ ਪ੍ਰਮੋਟਿਵ ਨੇ ਜਿਹੜੇ ਹੇਠੋਂ ਤੁਰੇ ਜਿਨ੍ਹਾਂ ਨੇ ਪ੍ਰਮੋਸ਼ਨ ਦਾ ਆਧਾਰ ਬਣਾਇਆ ਨੌਜਵਾਨਾਂ ਨੂੰ ਉਹ ਉਹ ਇੱਕ ਵਰਗ ਦੀ ਮੈਂ ਉਹਦੀ ਗੱਲ ਕਰਦਾ ਉਹ ਨਿਕਲਿਆ ਇੱਕ ਵਰਗ ਉਹਦੇ ਵਿੱਚੋਂ ਨਿਕਲਿਆ ਵੀਆਈਪੀ ਜਿਹੜਾ ਜਿਹੜਾ ਕਹਿੰਦਾ ਮੈਨੂੰ ਬਹੁਤ ਖਤਰਾ ਛੇਤੀ ਕੀਤਾ ਮੈਨੂੰ ਸਿਕਿਉਰਿਟੀ ਜੜੀ ਉਹ ਦੇ ਦਿਓ ਓਪੀ ਸੋਨੀ ਹੁਰੀ ਵੀ ਹਾਈ ਕੋਰਟ ਚਲੇ ਗਏ ਬਲੈਕਮੇਲ ਕਰਨ ਲੱਗੇ ਕਾਂਗਰਸੀ ਤੇ ਅਕਾਲੀ ਜਿਹੜੇ ਆਗੂ ਨੇ ਕੁਝ ਹੁਣ ਇਹ ਕਿਹਾ ਜਾ ਰਿਹਾ ਕਿ ਐਪਲੀਕੇਸ਼ਨਾਂ ਬੜੀਆਂ ਆ ਗਈਆਂ ਸਰਕਾਰ ਦੇ ਕੋਲੇ ਸਿਕਿਉਰਿਟੀ ਲੈਣ ਦੀਆਂ ਮੈਨੂੰ ਵੀ ਦਿਓ ਜੀ ਸਿਕਿਉਰਿਟੀ ਮੈਨੂੰ ਵੀ ਦਿਓ ਮੈਨੂੰ ਵੀ ਖਤਰਾ ਖੜਾ ਹੋ ਗਿਆ ਮੈਨੂੰ ਵੀ ਖਤਰਾ ਖੜਾ ਹੋ ਗਿਆ ਸੁਖਪਾਲ ਸਿੰਘ ਖਹਿਰਾ ਪੁਰੀ ਤਾਂ ਇਹ ਕਹਿੰਦੇ ਆ ਉਹਨਾਂ ਨੇ ਤਾਂ ਪਬਲਿਕ ਹੀ ਕਰ ਦਿੱਤੀ ਚਿੱਠੀ ਇਹ ਥ੍ਰੈਟ ਕਰਨ ਦਾ ਇੱਕ ਤਰੀਕਾ ਜੀ ਕਿ ਇੱਕ ਤਾਂ ਭਲੱਥ ਵਾਲਾ ਜਿਹੜਾ ਮੇਰਾ ਘਰ ਹੈ ਉਹਦੇ ਦੁਆਲੇ ਸੁਰੱਖਿਆ ਕਰਮਚਾਰੀ ਲਾਓ ਇੱਕ ਮੇਰੀ ਜਿਹੜੀ ਚੰਡੀਗੜ੍ਹ ਵਾਲੀ ਕੋਠੀ ਆ ਉਹਦੀ ਪ੍ਰੋਟੈਕਸ਼ਨ ਵਧਾਓ ਕਿਉਂਕਿ ਮੈਂ ਬਹੁਤ ਵੱਡੇ ਨਿਸ਼ਾਨੇ ਦੇ ਹੇਠ ਆ ਮੇਰੀ ਜਾਨ ਨੂੰ ਬਹੁਤ ਖਤਰਾ ਹੈ ਉਹ ਕਹਿੰਦੇ ਜਿਹੜੀ ਗੱਡੀਆਂ ਮੈਨੂੰ ਦਿਓ ਮੇਰੇ ਨਾਲ ਚੱਲਣ ਵਾਲੀਆਂ ਉਹਦੇ ਵਿੱਚ ਸਿਕਿਉਰਿਟੀ ਵਾਲੇ ਹੋਣ ਅੱਗੇ ਪਿੱਛੇ ਵੀ ਗੱਡੀਆਂ ਚੱਲਣ ਆਧੁਨਿਕ ਹਥਿਆਰਾਂ ਦੇ ਨਾਲ ਲੈਸ ਹੋਣ ਉਹ ਗੱਡੀਆਂ ਤਾਂ ਕਿ ਕੋਈ ਜਾਨ ਨੂੰ ਖਤਰਾ ਨਾ ਰਹੇ ਸਵਾਲ ਜਿਹੜਾ ਇਹ ਆ ਇੱਕ ਫਿਲਮ ਆਈ ਸੀ ਅਮਰਜੀਤ ਉਹਦਾ ਨਾਮ ਸੀ ਦੀ ਵੈਡਨਸਟੇ ਜੀ 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 ਉਹਦੇ ਵਿੱਚ ਨਸੀਰਉਦੀਨ ਸ਼ਾ ਇੱਕ ਗੱਲ ਕਹਿੰਦਾ ਕਿ ਇੱਕ ਜਿਹੜਾ ਕਾਮਨ ਮੈਨ ਉਹਨੂੰ ਇਹ ਨਹੀਂ ਪਤਾ ਕਿ ਉਹ ਕੰਮ ਕਰਨ ਗਿਆ ਨੌਕਰੀ ਤੇ ਗਿਆ ਘਰੇ ਵਾਪਸ ਆਉਣਾ ਜਾਂ ਨਹੀਂ ਆਉਣਾ ਉਹਦੇ ਘਰਦਿਆਂ ਨੂੰ ਡਰ ਰਹਿਂਦਾ ਉਹ ਕਹਿੰਦਾ ਜਿਹੜੀ ਮੇਰੀ ਪਤਨੀ ਆ ਉਹ ਸ਼ਾਮ ਨੂੰ ਮੈਨੂੰ ਫੋਨ ਕਰਦੀ ਆ ਵੀ ਚੱਲ ਪਿਆ ਕਰਨੋ ਜੀ ਤੇ ਆਉਂਦਾ ਹੋਇਆ ਧਨੀਆ ਤੇ ਆਲੂ ਫੜਿਆਈ ਉਹ ਕਹਿੰਦਾ ਅਸਲ ਦੇ ਵਿੱਚ ਉਹਨੇ ਇਹ ਨਹੀਂ ਕਹਿਣਾ ਹੁੰਦਾ ਵੀ ਧਨੀਆ ਤੇ ਆਲੂ ਲੈ ਆਈ ਉਹ ਮੇਕ ਸ਼ੋਰ ਕਰਨਾ ਚਾਹੁੰਦੀ ਆ ਕਿ ਜ਼ਿੰਦਾ ਕਿ ਨਹੀਂ ਜਿਹੜਾ ਸਵੇਰੇ ਕੰਮ ਤੇ ਗਿਆ ਸੀ ਉਹ ਜਿਉਂਦਾ ਬਿਲਕੁਲ ਬਿਲਕੁਲ ਉਹ ਕਿਸੇ ਬੰਬ ਧਮਾਕੇ ਦੇ ਵਿੱਚ ਤਾਂ ਨਹੀਂ ਮਾਰਿਆ ਗਿਆ ਕਿਸੇ ਨੇ ਉਹਨੂੰ ਟਰੱਕ ਹੇਠਾਂ ਤਾਂ ਨਹੀਂ ਦੇ ਦਿੱਤਾ ਜਿਹੜਾ ਕਾਮਨ ਬੰਦਾ ਹੈ ਉਹਦੀ ਸੁਰੱਖਿਆ ਕੀ ਹੈ ਕੀ ਸਿਰਫ ਵੀਆਈਪੀ ਲੋਕਾਂ ਨੂੰ ਖਤਰਾ ਹੈ ਜੇ ਵੀਆਈਪੀ ਲੋਕਾਂ ਨੂੰ ਖਤਰਾ ਹੈ ਕਿ ਸਿਰਫ ਉਹਨਾਂ ਨੂੰ ਹੀ ਖਤਰਾ ਹੈ ਤੇ ਫਿਰ ਉਹ ਕੰਮ ਧੰਦਾ ਚੇਂਜ ਕਰ ਲੈਣ ਉਹ ਕਿਸੇ ਹੋਰ ਧੰਦੇ ਦੇ ਵਿੱਚ ਚਲੇ ਜਾਣ ਜੀ ਠੀਕ ਹੈ ਸਿਕਿਉਰਿਟੀ ਮੈਂ ਨਹੀਂ ਕਹਿੰਦਾ ਕਿ ਨਹੀਂ ਦੇਣੀ ਚਾਹੀਦੀ ਕੁਝ ਸਿਕਿਉਰਿਟੀ ਜਿਹੜਾ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਉਹ ਤਰਕ ਬਿਲਕੁਲ ਸਹੀ ਹੈ ਤੁਸੀਂ ਬਿਲਕੁਲ ਵੀ ਨਹੀਂ ਛੱਡ ਸਕਦੇ ਕਿ ਨਹੀਂ ਫਿਰ ਜਿਹੜਾ ਇਹ ਹੋਊਗਾ ਕਿ ਈਜ਼ੀ ਐਕਸੈਸ ਜਿਹੜਾ ਉਹ ਖਤਰਨਾਕ ਹੋ ਜਾਊਗਾ ਕੁਝ ਸਿਕਿਉਰਿਟੀ ਜਿਹੜੇ ਵੀਆਈਪੀ ਨੇ ਉਹਨਾਂ ਨੂੰ ਮਿਲਣੀ ਚਾਹੀਦੀ ਪਰ ਇਹ ਰਾਜ ਕਿੱਥੇ ਆਵੇ ਦੋ ਬੰਦਿਆਂ ਨਾਲ ਆਵੇ ਚੌਹਾਂ ਨਾਲ ਆਵੇ ਅਠਾਂ ਨਾਲ ਅਠਾਈਆਂ ਨਾਲ ਜਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਕੋਲੇ 128 ਨੇ ਇੰਨਿਆਂ ਨਾਲ ਆਵੇ ਜ਼ेड ਨਾਲ ਆਵੇ ਜ਼ेड ਪਲੱਸ ਦੇ ਨਾਲ ਆਵੇ ਕਿੱਡੀਆਂ ਗੱਡੀਆਂ ਦੇ ਨਾਲ ਆਵੇ ਮਿੰਟੈਰੋ ਗੱਡੀ ਦੇ ਨਾਲ ਜ਼ਿਆਦਾ ਸੁਰੱਖਿਆ ਹੁੰਦੀ ਹੈ ਜਾਂ ਆਮ ਗੱਡੀ ਦੇ ਨਾਲ ਜ਼ਿਆਦਾ ਸੁਰੱਖਿਆ ਹੁੰਦੀ ਹੈ ਇਹ ਬੜੇ ਵੱਡੇ ਸਵਾਲ ਨੇ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕੀਤੀ ਕਿ ਇਹ ਜਿਹੜੀ ਸਿਕਿਉਰਿਟੀ ਆ ਉਹ ਘਟਾ ਕੇ ਥਾਣਿਆਂ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਉੱਥੇ ਕੰਮਕਾਰ ਕੁਝ ਤੇਜ਼ ਹੋਵੇ ਸਿਕਿਉਰਿਟੀ ਖਤਮ ਨਹੀਂ ਕੀਤੀ ਕਟਾਈ ਅੱਧੀ ਪਚੱਦੀ ਕਰਤੀ ਰੌਲਾ ਪੈ ਗਿਆ ਔਰ ਉਹਦੇ ਦੌਰਾਨ ਇਹ ਵੱਡੀ ਘਟਨਾ ਵਾਪਰ ਗਈ ਜੀ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਉਹਨੂੰ ਆਧਾਰ ਬਣਾ ਲਿਆ ਜੀ ਹੁਣ ਇਹਨਾਂ ਸਿਕਿਉਰਿਟੀ ਵਾਲਿਆਂ ਜੀ ਉਹਨੂੰ ਆਧਾਰ ਬਣਾ ਕੇ ਇਹ ਭੱਜ ਪੇ ਐਪਲੀਕੇਸ਼ਨਾਂ ਦੇਣ ਭੱਜ ਪੇ ਹਾਈ ਕੋਰਟ ਵੱਲ ਨੂੰ ਉੱਥੇ ਲਾਉਣਗੇ ਆ ਦੇਖੋ ਜੀ ਸਿਕਿਉਰਿਟੀ ਜਿਹੜੀ ਉਹ ਕਟਾਈ ਸੀ ਮਰਡਰ ਹੋ ਗਿਆ ਸਾਨੂੰ ਛੇਤੀ ਛੇਤੀ ਸਿਕਿਉਰਿਟੀ ਦੇ ਦਿਓ ਜੇ ਕਿਸੇ ਇੱਕ ਵਿਅਕਤੀ ਨੂੰ ਹਾਈ ਕੋਰਟ ਨੇ ਹੁਕਮ ਕਰ ਦਿੱਤੇ ਕਿ ਜੀ ਇਹਦੀ ਸਿਕਿਉਰਿਟੀ ਬਹਾਲ ਕਰੋ ਜਾਂ ਇਹਨੂੰ ਇੰਨੇ ਇੱਕ ਗਾਰਡ ਜਿਹੜੇ ਉਹ ਦੇ ਦਿਓ ਫਿਰ ਉਹ ਫੈਸਲੇ ਨੂੰ ਆਧਾਰ ਬਣਾ ਕੇ ਬਹੁਤ ਸਾਰੀਆਂ ਐਪਲੀਕੇਸ਼ਨ ਜੜੀਆਂ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈ ਜਾਣਗੀਆਂ ਤੁਸੀਂ ਦੇਖਣਾ ਆਉਣ ਵਾਲੇ ਦਿਨਾਂ ਦੇ ਦੌਰਾਨੇ ਪੈ ਜਾਣਗੀਆਂ ਜੀ ਬਹੁਤੇ ਵੀ ਆਈਪੀ ਜਿਹੜੇ ਨੇ ਉਹ ਦੁਬਾਰਾ ਤੋਂ ਸਿਕਿਉਰਿਟੀ ਲੈ ਲੈਣਗੇ ਮੇਰੀ ਦਾਚੇ ਇਸ ਮਾਮਲੇ ਦੇ ਉੱਤੇ ਇੱਕ ਪ੍ਰਾਈਵੇਟ ਕੰਪਨੀ ਸਰਕਾਰ ਨੂੰ ਹਾਇਰ ਕਰਨੀ ਚਾਹੀਦੀ ਹੈ ਪ੍ਰਾਈਵੇਟ ਕੰਪਨੀ ਹਾਇਰ ਕਰਕੇ ਇਹ ਆਖਿਆ ਜਾਵੇ ਕਿ ਭਾਈ ਜੀ ਨੂੰ ਸਿਕਿਉਰਿਟੀ ਦੀ ਲੋੜ ਹੈ ਅਸੀਂ ਰეკਮੈਂਡ ਕਰ ਦਿੰਨੇ ਆ 2 ਚਾਹੀਦੇ ਆ 4 ਚਾਹੀਦੇ ਆ 6 ਚਾਹੀਦੇ ਆ 8 ਚਾਹੀਦੇ ਆ 28 ਚਾਹੀਦੇ ਆ 128 ਚਾਹੀਦੇ ਆ ਜਿੰਨੇ ਮਰਜ਼ੀ ਲੈ ਲਓ ਜੀ ਕੋਈ ਰੋਕ ਟੋਕ ਨਹੀਂ ਕਿਤੇ ਹਾਈ ਕੋਰਟ ਜਾਣ ਦੀ ਲੋੜ ਨਹੀਂ ਜੇ ਡੰਡਿਆਂ ਵਾਲੇ ਚਾਹੀਦੇ ਤਾਂ ਵੀ ਲੈ ਲਓ ਜੇ ਬੰਦੂਕਾਂ ਵਾਲੇ ਨਾਲ ਚਾਹੀਦੇ ਤਾਂ ਵੀ ਲੈ ਲਓ ਪਰ ਉਹ ਸਿਕਿਉਰਿਟੀ ਦਾ ਤੁਹਾਨੂੰ ਪੇ ਕਰਨਾ ਪਊਗਾ ਬਿਲਕੁਲ ਕਿਉਂਕਿ ਪੇਡ ਸਿਕਿਉਰਿਟੀ ਜਿਹੜੀ ਆ ਨਾ ਜੀ ਔਵੇ ਤੇ ਤੁਹਾਨੂੰ ਮੈਨੂੰ ਇਤਰਾਜ਼ ਨਹੀਂ ਹੋਊਗਾ ਤੁਹਾਨੂੰ ਮੈਨੂੰ ਇਸ ਕਰਕੇ ਇਤਰਾਜ਼ ਨਹੀਂ ਹੋਊਗਾ ਕਿ ਅਸੀਂ ਟੈਕਸ ਪੇਅਰ ਹਾਂ ਬਿਲਕੁਲ ਅਸੀਂ ਟੈਕਸ ਪੇ ਕਰਦੇ ਹਾਂ ਸਾਡੇ ਇਸ ਟੈਕਸ ਦੇ ਨਾਲ ਇਹ ਸਾਰੇ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਔਰ ਇਹ ਇਹ ਤਨਖਾਹ ਤਨਖਾਹਾਂ ਜਾਂ ਜਿਹੜੇ ਇਹ ਟੈਕਸ ਪੇਅਰ ਨੇ ਉਹਨਾਂ ਦਾ ਜਿਹੜਾ ਪੈਸਾ ਹੈ ਉਹ ਪ੍ਰੋਪਰ ਡਿਸਟ੍ਰੀਬਿਊਟ ਹੋਵੇ ਸਾਡੀ ਉਹ ਵੀ ਇੱਕ ਡਿਊਟੀ ਬਣਦੀ ਹੈ ਕਿ ਅਸੀਂ ਉਹਦੇ ਉੱਤੇ ਵੀ ਧਿਆਨ ਰੱਖੀਏ ਬਿਲਕੁਲ ਜਿਹੜਾ ਇੱਕ ਟੈਕਸ ਦੇਣ ਵਾਲਾ ਉਹਦੀ ਤਾਂ ਗੱਡੀ ਇਹ ਜਿਹੜੇ ਮੋਹਰੇ ਲੱਗੀ ਹੋਈ ਜਿਪਸੀ ਆ ਉਹ ਸਾਈਡ ਦੇ ਉੱਤੇ ਕਰਾ ਦਿੰਦੇ ਆ ਕਿਸ ਤਰ੍ਹਾਂ ਹੱਥ ਮਾਰਦੇ ਜਾਂਦੇ ਆ ਦੇਖਿਆ ਕਦੀ ਵੀ ਕਿਸੇ ਹੋਰ ਨੂੰ ਸੜਕ ਦੇ ਉੱਤੇ ਚੱਲਣ ਦਾ ਅਧਿਕਾਰ ਨਹੀਂ ਇਹ ਲੋਕ ਇਸ ਤਰ੍ਹਾਂ ਚੱਲਦੇ ਆ ਕਿ ਸਿਰਫ ਸਾਡੇ ਕੋਲੇ ਇਹ ਅਧਿਕਾਰ ਆ ਸੜਕ ਦੇ ਉੱਤੇ ਚੱਲਣ ਦਾ ਕਿਸੇ ਹੋਰ ਨੂੰ ਅਸੀਂ ਸੜਕ ਦੇ ਉੱਤੇ ਨਹੀਂ ਚੱਲਣ ਦੇਣਾ ਰੈੱਡ ਲਾਈਟ ਆ ਇਹ ਕ੍ਰਾਸ ਕਰਦੇ ਆ ਜਿਹੜੀ ਟ੍ਰੈਫਿਕ ਦੀ ਵਾਇਲੇਸ਼ਨ ਆ ਉਹ ਇਹ ਕਰਦੇ ਆ ਸਾਰੇ ਜਗ੍ਹਾ ਦੇ ਉੱਤੇ ਕਿਉਂ ਕਰਦੇ ਆ ਜੀ ਜਦੋਂ ਬਾਕੀ ਗੱਡੀਆਂ ਖੜੀਆਂ ਨੇ ਇਹ ਕਿਉਂ ਨਹੀਂ ਖੜਾਉਂਦੇ ਕਿਤੇ ਜਾਮ ਲੱਗਿਆ ਹੋਵੇ ਤੇ ਉੱਥੇ ਵੇਖਣ ਵਾਲੇ ਹੁੰਦੇ ਆ ਹਾਲਾਤ ਕਿਹੋ ਜਿਹੇ ਇਹ ਸਿਕਿਉਰਿਟੀ ਵਾਲੇ ਜਿਹੜੇ ਉਹ ਪੈਦਾ ਕਰ ਦਿੰਦੇ ਆ ਉਹ ਵਿਚਾਰਿਆ ਉਹ ਤਾਂ ਡਿਊਟੀ ਕਰ ਰਹੇ ਹੁੰਦੇ ਆ ਉਹਨਾਂ ਦਾ ਕਸੂਰ ਨਹੀਂਗਾ ਜਿਹਦੀ ਸਿਕਿਉਰਿਟੀ ਆ ਉਹ ਇਹ ਕਹਿੰਦਾ ਨਾ ਉਤਰੋ ਖਾਲੀ ਕਰਾਓ ਜਾ ਕੇ ਖੇਤੀ ਕੀਤਾ ਜੜਾ ਦੀ ਉਹ ਰੋਡ ਕਿਉਂਕਿ ਉਹਨਾਂ ਨੇ ਲੰਘਣਾ ਸਿਕਿਉਰਿਟੀ ਜ਼ਰੂਰ ਦਿਓ ਸਿਕਿਉਰਿਟੀ ਹੋਣੀ ਚਾਹੀਦੀ ਆ ਮੈਂ ਇਹ ਨਹੀਂ ਕਹਿੰਦਾ ਕਿ ਸਿਕਿਉਰਿਟੀ ਨਹੀਂ ਹੋਣੀ ਚਾਹੀਦੀ ਪਰ ਇਹ ਪੇਡ ਹੋਣੀ ਚਾਹੀਦੀ ਆ ਜੇ ਕੋਈ ਗਨਮੈਨ ਜਿਹੜੇ ਪੰਜਾਬ ਪੁਲਿਸ ਤੋਂ ਵੀ ਲਏ ਆ ਉਹਦੀਆਂ ਤਨਖਾਹਾਂ ਇਹਨਾਂ ਨੂੰ ਕਹਦੋ ਕਿ ਭਾਈ ਜਿੰਨੇ ਤੂੰ ਰੱਖਿਆ ਉਹਦੀ ਤਨਖਾਹ ਤੂੰ ਆਪਣੀ ਪੌਕਟ ਦੇ ਵਿੱਚੋਂ ਦੇਣੀ ਆ ਤੁਸੀਂ ਦੇਖੋ ਫਿਰ ਉਸ ਤੋਂ ਬਾਅਦ ਸੁਰੱਖਿਆ ਵਾਲੇ ਮਾਮਲੇ ਤੇ ਕੀ ਕੁਛ ਹੁੰਦਾ